ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੀ ਟੀ ਸੀ ਦੇ ਸਾਰੇ ਦਰਸ਼ਕਾਂ ਨੂੰ, ਆਪ ਜੀ ਦੇ ਟਰਬਨ ਟਰੈਵਲਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਜੀ ਆਇਆਂ ਨੂੰ। ਸਵੇਰ ਦੇ 5 ਵਜ ਰਹੇ ਨੇ, ਅਸੀਂ ਖਲੋਤੇ ਹਾਂ ਇਸ ਵਕਤ ਪਾਸੀਘਾਟ, ਅਤੇ ਚਾਲੇ ਪਾਉਣ ਦੀ ਤਿਆਰੀ ਹੈਗੀ ਮਚੂਕਾ ਜਾਣ ਦੀ, ਜਿੱਥੇ ਕਿ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ। ਬੜਾ ਐਕਸਾਈਟਮੈਂਟ ਹੈ ਕਿਉਂਕਿ ਇਸ ਗੁਰਦੁਆਰਾ ਸਾਹਿਬ ਦੇ ਬਾਰੇ ਬਹੁਤ ਕੁਝ ਸੁਣਿਆ ਹੈਗਾ। ਲੰਬਾ ਸਫ਼ਰ ਹੈ, 8 ਘੰਟੇ ਜੀ ਪੀ ਐੱਸ ਖਾ ਰਿਹਾ, ਤਾਂ ਮਤਲਬ 12 ਘੰਟੇ ਲੱਗਣਗੇ। ਉਮੀਦ ਹੈ ਸ਼ਾਮ ਤੱਕ 5 ਵਜੇ ਤੱਕ ਗੁਰੂ ਮਿਹਰ ਕਰੇ ਤਾਂ ਪਹੁੰਚ ਜਾਵਾਂਗੇ। ਦਿਨ ਰਹਿੰਦੇ ਪਹੁੰਚ ਜਾਈਏ ਤਾਂ ਚੰਗਾ ਹੈ, ਕਿਉਂਕਿ ਰਾਤ ਅੰਧੇਰੇ 'ਚ ਫਿਰ ਗੱਡੀ ਚਲਾਉਣੀ ਥੋੜ੍ਹੀ ਔਖੀ ਹੋ ਜਾਂਦੀ ਹੈ, ਅਤੇ ਨਾਲ ਪਹਾੜੀ ਇਲਾਕਾ ਹੈ। ਤਕਰੀਬਨ 280 ਕਿਲੋਮੀਟਰ ਦਾ ਸਫ਼ਰ ਇੱਥੋਂ ਮਚੂਕਾ ਦਾ, ਸਾਰਾ ਪਹਾੜੀ ਇਲਾਕਾ ਹੈਗਾ। ਸੜਕ ਦੇ ਬਾਰੇ ਜੋ ਸਾਨੂੰ ਦੱਸਿਆ ਗਿਆ ਹੈਗਾ ਕਿ ਸੜਕ ਠੀਕ ਠੀਕ ਹੈ, ਬਹੁਤ ਚੰਗੀ ਸੜਕ ਨਹੀਂ ਹੈਗੀ। ਸਾਡੇ ਨਾਲ ਚੰਚਲ ਸਿੰਘ ਜੀ, ਜਿਹੜੇ ਕਿ ਰਾਤੀ ਜਿਨ੍ਹਾਂ ਨੇ ਸਾਡੇ ਇੱਥੇ ਰਹਿਣ ਦਾ ਅਤੇ ਲੰਗਰ ਦਾ ਇੰਤਜ਼ਾਮ ਕੀਤਾ, ਉਹ ਵੀ ਸਾਡੇ ਨਾਲ ਜਾ ਰਹੇ ਨੇ ਅਤੇ ਸਾਡੇ ਨਾਲ ਹੀ ਵਾਪਸ ਆਉਣਗੇ। ਉਹਨਾਂ ਦਾ ਸਹਿਯੋਗ ਜਿਹੜਾ ਹੈ ਇਸ ਮਾਮਲੇ ਸਹਿਰਾਨੀ ਹੈਗਾ। ਅਸੀਂ ਹੁਣ ਤਿਆਰ ਹਾਂ ਮਚੂਕਾ ਜਾਣ ਵਾਸਤੇ, ਆਓ ਤੁਸੀਂ ਵੀ ਸਾਡੇ ਸਾਰੇ ਨਾਲ ਚਲੋ। ਭਾਈ ਮਰਦਾਨਾ ਬਾਬਾ ਕਰਨ ਉਦਾਸੀ ਚੱਲ ਪਿਆ, ਲੈ ਲਾਲ ਭਾਈ ਮਰਦਾਨਾ ਬਾਬਾ ਕਰਨ ਉਦਾਸੀ ਚੱਲ ਪਿਆ। ਚੱਲਦੇ ਗਏ ਨਾਲੋ ਨਾਲੋ ਰਬਾਬ ਸੁਣਾਵੇ ਬਾਣੀ ਨੂੰ, ਜਿਹੜਾ ਧਰਮ ਕਰਮ ਦਾ ਪੱਕਾਰਿਆ ਸਜਦਾ ਕਰੀਏ ਉਸ। ਪਾਸੀਘਾਟ ਤੋਂ ਜਿਸ ਵਕਤ ਅਸੀਂ ਨਿਕਲੇ ਸੀਗੇ ਸਵੇਰੇ 5:30 ਵਜੇ, ਅਤੇ ਦਿਨ ਬਹੁਤ ਚੰਗਾ ਸੀਗਾ, ਮੌਸਮ ਬਹੁਤ ਸਾਫ਼ ਸੀਗਾ। ਸਾਰੀ ਰਾਤ ਕੱਲ੍ਹ ਬਹੁਤ ਤੇਜ਼ ਬਰਸਾਤ ਹੁੰਦੀ ਰਹੀ। ਜਿਸ ਵਕਤ ਅਸੀਂ ਪਾਸੀਘਾਟ ਤੋਂ ਨਿਕਲੇ ਤਾਂ ਸੜਕ ਇੰਨੀ ਵਧੀਆ ਸੀ, ਲੱਗਿਆ ਕਿ ਵਾਹ ਸਾਰੀ ਸੜਕ ਇਸ ਤਰ੍ਹਾਂ ਹੀ ਹੋਣੀ ਹੈ। ਤਕਰੀਬਨ 50 ਕਿਲੋਮੀਟਰ ਤੱਕ ਸੜਕ ਬਹੁਤ ਚੰਗੀ ਸੀ। ਉਸ ਤੋਂ ਬਾਅਦ ਫਿਰ ਜਿਹੜੀ ਸੜਕ ਖਰਾਬ ਹੋਣੀ ਸ਼ੁਰੂ ਹੋਈ ਹੈ, ਬੇਸਿਕਲੀ ਸੜਕ ਸੀਗੀ ਹੀ ਨਹੀਂ, ਬਰਸਾਤ ਕਰਕੇ ਸਾਰੀ ਸੜਕ ਜਿਹੜੀ ਹੈਗੀ ਟੁੱਟੀ ਹੋਈ ਹੈਗੀ, ਵੱਡੇ ਵੱਡੇ ਟੋਏ ਨੇ, ਪਾਣੀ ਭਰਿਆ ਹੋਇਆ। ਤੁਸੀਂ ਹੁਣ ਵੀ ਦੇਖ ਸਕਦੇ ਹੋ ਸਾਡੀ ਗੱਡੀ ਜਿਹੜੀ ਹੈਗੀ ਕਿਤਨੀ ਸ਼ੇਕ ਕਰ ਰਹੀ ਹੈਗੀ। ਸੜਕ ਦਾ ਬਹੁਤ ਹੀ ਬੁਰਾ ਹਾਲ ਹੈ। ਦੋ ਰੀਜ਼ਨ ਨੇ, ਪਹਿਲੀ ਗੱਲ ਤਾਂ ਸੜਕ ਬਹੁਤ ਛੋਟੀ ਹੈ, ਨੰਬਰ 1। ਨੰਬਰ 2, ਬਰਸਾਤ ਕਰਕੇ ਸੜਕ ਜਗ੍ਹਾ ਜਗ੍ਹਾ ਕੀ ਮਤਲਬ ਪੂਰੀ ਹੀ ਟੁੱਟੀ ਹੋਈ ਹੈਗੀ। ਪਿਛਲੇ 15 ਕਿਲੋਮੀਟਰ ਤੋਂ ਅਸੀਂ ਮੁਸ਼ਕਿਲ ਨਾਲ 10-15 ਕਿਲੋਮੀਟਰ ਦੀ ਸਪੀਡ 'ਤੇ ਹੀ ਚੱਲ ਰਹੇ ਹੈਗੇ। ਸੋ ਆਈ ਡੋਂਟ ਨੋ ਇਹ ਬਰਸਾਤਾਂ 'ਚ ਟੁੱਟੀ ਹੈਗੀ ਜਾਂ ਨੋਰਮਲੀ ਸੜਕ ਇਸ ਤਰ੍ਹਾਂ ਹੁੰਦੀ ਹੈਗੀ, ਇਹਦਾ ਮੈਨੂੰ ਅੰਦਾਜ਼ਾ ਨਹੀਂ ਹੈਗਾ। ਅਸੀਂ ਤਕਰੀਬਨ ਹਲੇ ਤੱਕ 85 ਕਿਲੋਮੀਟਰ ਆਇਆ ਗਿਆ ਪਾਸੀਘਾਟ ਤੋਂ। 285 ਕਿਲੋਮੀਟਰ ਸੀਗਾ ਪਾਸੀਘਾਟ ਤੋਂ ਮਚੂਕਾ, ਅਤੇ ਹਲੇ ਅਸੀਂ 85 ਕਿਲੋਮੀਟਰ ਹੀ ਅਸੀਂ ਸਫ਼ਰ ਤੈਅ ਕੀਤਾ ਹੈ। ਸਫ਼ਰ ਲੰਬਾ ਹੈ, ਲੇਕਿਨ ਮੈਨੂੰ ਡਰ ਹੈ ਕਿ ਇਸ ਤਰ੍ਹਾਂ ਹੀ ਸੜਕ ਸਾਰੇ ਰਸਤੇ ਰਹੀ, ਦੈਨ ਆਈ ਡੋਂਟ ਨੋ ਵੈਨ ਵੀ ਆਰ ਗੋਇੰਗ ਟੂ ਰੀਚ। ਸੋ ਹੁਣ ਨਿਕਲੇ ਹੈਗੇ, ਹੁਣ ਤਾਂ ਅੱਗੇ ਜਾਣਾ ਹੀ ਹੈ, ਪਿੱਛੇ ਤਾਂ ਮੁੰਡਣ ਦਾ ਮਤਲਬ ਹੀ ਨਹੀਂ ਹੈਗਾ। ਤੇਰੀ ਲਿਖੀ ਗਾਈ ਹੋਈ ਬਾਣੀ 'ਚ ਸਾਡੇ ਸਭ ਦੁੱਖਾਂ ਦਾ ਹੱਲ ਪਿਆ। ਜਗ੍ਹਾ ਆਲੋ, ਅਰੁਣਾਚਲ ਪ੍ਰਦੇਸ਼, ਟਾਈਮ 10:30 ਵਜੇ, ਡਿਸਟੈਂਸ 106 ਕਿਲੋਮੀਟਰ ਪਾਸੀਘਾਟ ਤੋਂ। ਹੁਣ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਪਾਸੀਘਾਟ ਤੋਂ ਅਸੀਂ ਸਵੇਰੇ 5:30 ਚਲੇ ਸੀ, ਇਸ ਵਕਤ 10:30 ਵੱਜ ਰਹੇ ਨੇ, 5 ਘੰਟੇ ਲੱਗ ਗਏ ਸਾਨੂੰ 106 ਕਿਲੋਮੀਟਰ ਡਿਸਟੈਂਸ ਕਵਰ ਕਰਨ 'ਚ। ਹਲੇ 180 ਕਿਲੋਮੀਟਰ ਅਸੀਂ ਹੋਰ ਜਾਣਾ ਹੈ ਮਚੂਕਾ ਪਹੁੰਚਣ ਵਾਸਤੇ। ਇਸ ਤੋਂ ਇਹ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਰੋਡਸ ਕਿਤਨੀਆਂ ਜ਼ਿਆਦਾ ਖਰਾਬ ਨੇ। 106 ਕਿਲੋਮੀਟਰ ਅਤੇ 5 ਘੰਟੇ ਮੀਨਸ ਅਸੀਂ 20 ਕਿਲੋਮੀਟਰ ਪਰ ਆਵਰ ਵੀ ਨਹੀਂ ਕਵਰ ਕਰ ਸਕੇ। ਇੰਡੀਆ ਦੇ ਜਿੰਨੇ ਵੀ ਮਾਊਂਟੇਨ ਰੀਜਨ ਵਿੱਚ ਜਦ ਤੋਂ ਅਸੀਂ ਜਰਨੀ ਸ਼ੁਰੂ ਕੀਤੀ ਹੈ, ਅਸੀਂ ਡਰਾਈਵ ਕੀਤਾ ਹੈਗਾ, ਇਤਨੀ ਖਰਾਬ ਸੜਕ ਕਿਤੇ ਵੀ ਸਾਨੂੰ ਨਹੀਂ ਮਿਲੀ। ਸੋ ਅੱਗੇ ਦਾ ਮੈਨੂੰ ਅੰਦਾਜ਼ਾ ਨਹੀਂ ਹੈਗਾ ਕਿ ਕਿਤਨੀ ਖਰਾਬ ਹੋਰ ਸੜਕ ਮਿਲੇਗੀ, ਪਰ ਉਮੀਦ ਕਰਦੇ ਹਾਂ ਕਿ ਇਸ ਸ਼ਹਿਰ ਤੋਂ ਅੱਗੇ ਸੜਕ ਸਾਫ਼ ਹੋਵੇ। ਜੇ ਹੋਰ ਖਰਾਬ ਹੋਏਗੀ ਤੁਹਾਨੂੰ ਉਹਦੇ ਬਾਰੇ ਵੀ ਦੱਸਾਂਗੇ। ਫਿਲਹਾਲ ਅਸੀਂ ਇੱਥੇ ਖਲੋਤੇ ਹੈਗੇ ਹਾਂ ਪੈਟਰੋਲ ਪੰਪ ਦੇ ਉੱਤੇ, ਡੀਜ਼ਲ ਲਵਾਉਣ ਵਾਸਤੇ। ਡੀਜ਼ਲ ਪੈ ਚੁੱਕਿਆ ਹੈ ਐਂਡ ਵੀ ਆਰ ਆਲ ਸੈੱਟ ਟੂ ਮੂਵ, ਸੋ ਫਾਲੋ ਅਸ। ਸਾਡੀ ਤੜਪਨ ਸਾਰੀ ਮੁੱਕ ਗਈ, ਜਿਸ ਸਿਰ ਦੇ ਉੱਤੇ
ਤੇਰਾ ਹੱਥ ਪਿਆ ਜਿਸ ਸਿਰ ਦੇ ਉੱਤੇ ਤੇਰਾ ਹੱਥ ਪਿਆ ਉਹਦੇ ਸਿਰ ਤੋਂ ਹਰ ਦੁੱਖ ਟਲ ਗਿਆ ਲੈ ਨਾਲ ਭਾਈ ਮਰਦਾਨਾ ਬਾਬਾ ਕਰਨ ਉਦਾਸੀ ਚੱਲ ਪਿਆ ਲੈ ਨਾਲ ਭਾਈ ਮਰਦਾਨਾ ਬਾਬਾ ਕਰਨ ਉਦਾਸੀ ਚੱਲ ਪਿਆ ਲੈ ਨਾਲ ਭਾਈ ਮਰਦਾਨਾ ਸੜਕ ਖਰਾਬ ਹੋਣ ਤੱਕ ਤੇ ਠੀਕ ਸੀ ਕਸਰ ਬਾਕੀ ਸੀ ਪਹਾੜ ਡਿੱਗਣ ਦੀ ਸੋ ਉਹ ਵੀ ਡਿੱਗ ਪਿਆ ਕੱਲ੍ਹ ਰਾਤ ਦੀ ਪ੍ਰਸਾਦ ਤੋਂ ਬਾਅਦ ਇਹ ਲੈਂਡਸਲਾਈਡ ਹੋਇਆ ਹੋਇਆ ਇੱਥੇ ਉਹ ਕਟਿੰਗ ਕਰ ਰਹੇ ਸੀਗੇ ਜਿਹੜੀ ਸੜਕ ਬਣਦੀ ਉਹਦੀ ਕਟਿੰਗ ਹੋ ਰਹੀ ਸੀ ਪਰ ਬਰਸਾਤ ਕਰਕੇ ਪਹਾੜ ਡਿੱਗ ਗਿਆ ਹੁਣ ਇਹਦੀ ਸਫਾਈ ਹੋ ਰਹੀ ਹੈਗੀ ਕਾਫੀ ਦੇਰ ਦੇ ਇੱਥੇ ਅਸੀਂ ਖਲੋਤੇ ਹੈਗੇ ਹਾਂ ਇਹ ਕਲੀਨ ਕਰਨਗੇ ਤਾਂ ਹੀ ਅੱਗੇ ਦਾ ਰਸਤਾ ਬਣੇਗਾ ਤੋ ਕਿੰਨਾ ਟਾਈਮ ਲੱਗੇਗਾ ਇਸ ਵੀ ਔਰ ਇਸਕੋ ਠੀਕ ਕਰਨੇ ਮੈਂ 10 ਮਿੰਟ ਲੱਗੇਗਾ ਔਰ ਖੁੱਲ੍ਹਣੇ ਮੈਂ ਜੇ ਸੀ ਬੀ ਲੱਗੀ ਹੋਈ ਹੈ 10 ਮਿੰਟ ਕਹਿ ਰਹੇ ਨੇ ਹੋਰ ਲੱਗਣਗੇ ਨੇ ਸੋ ਦੇਖਣੇ ਆ ਅੱਗੇ ਇਸ ਤਰ੍ਹਾਂ ਦੇ ਹੋਰ ਕਿਹੜੇ ਕਿਹੜੇ ਸਾਨੂੰ ਸਰਪ੍ਰਾਈਜ਼ ਮਿਲਣ ਵਾਲੇ ਨੇ ਤੇ ਤੁਹਾਨੂੰ ਵੀ ਦਿਖਾਵਾਂਗੇ ਖਰਾਬ ਸੜਕ ਲੈਂਡਸਲਾਈਡ ਬਾਰਿਸ਼ ਕਰਦੇ ਕਰਦੇ ਆਖਿਰ ਅਸੀਂ ਪਹੁੰਚੇ ਪੈਣੇ 3:30 9 ਘੰਟੇ ਬਾਅਦ ਅਤੇ ਡਿਸਟੈਂਸ ਅਸੀਂ ਕਵਰ ਕੀਤਾ ਤਕਰੀਬਨ 190 ਕਿਲੋਮੀਟਰ ਹਲੇ ਵੀ 90 ਕਿਲੋਮੀਟਰ ਅਸੀਂ ਹੋਰ ਜਾਣਾ ਹੈ ਮਚੂਕਾ ਪਹੁੰਚਣ ਵਾਸਤੇ ਇੱਥੇ ਅਸੀਂ ਰੁਕੇ ਖਾਣਾ ਖਾਣ ਵਾਸਤੇ ਸਿੰਪਲ ਸਾਦਾ ਖਾਣਾ ਸੀਗਾ ਦਾਲ ਚਾਵਲ ਸਬਜ਼ੀ ਭੁੱਖ ਬੜੀ ਜ਼ੋਰ ਦੀ ਲੱਗੀ ਸੀ ਅਤੇ ਖਾਣਾ ਵੈਸੇ ਵੀ ਵਾਕਈ ਅੱਛਾ ਸੀਗਾ ਟੇਸਟੀ ਸੀਗਾ ਖਾਣਾ ਅਤੇ ਹੁਣ ਅਸੀਂ ਇੱਥੋਂ ਨਿਕਲਣ ਲੱਗੇ ਹੈਗੇ ਹਾਂ ਮਚੂਕਾ ਜਾਣ ਵਾਸਤੇ ਆਈਡਲੀ 90 ਕਿਲੋਮੀਟਰ ਜਾਣ ਵਾਸਤੇ 3 ਘੰਟੇ ਲੱਗਣੇ ਚਾਹੀਦੇ ਨੇ ਪਰ ਆਈ ਡੋਂਟ ਨੋ ਅੱਗੇ ਦਾ ਸੜਕ ਦਾ ਕੀ ਹਾਲ ਹੋਏਗਾ ਅਤੇ ਜਾ ਕੇ ਫਿਰ ਤੁਹਾਨੂੰ ਉੱਥੇ ਹੋਰ ਅਪਡੇਟ ਦੇਵਾਂਗੇ ਇੱਥੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੈਗੇ ਹੋ ਇੱਥੇ ਪਿੱਛੇ ਵੈਲਕਮ ਟੂ ਮਚੂਕਾ ਦਾ ਬੋਰਡ ਵੀ ਲੱਗਿਆ ਹੈਗਾ ਇੱਕ ਬੋਰਡ ਹੋਰ ਵੀ ਹੈਗਾ ਜਿਹੜਾ ਗੁਰਦੁਆਰਾ ਸਾਹਿਬ ਦੇ ਵਾਸਤੇ ਲਗਾਇਆ ਇਹਨਾਂ ਨੇ ਉਹਦਾ ਇਤਿਹਾਸ ਲਾਇਆ ਹੋਇਆ ਜਿਹਦੇ ਅੰਦਰ ਗੁਰਦੁਆਰਾ ਸਾਹਿਬ ਦੀ ਫੋਟੋ ਹੈ ਤਪੋ ਸਥਾਨ ਦੀ ਫੋਟੋ ਹੈਗਾ ਕਦੀ ਕਦੀ ਕੁਛ ਦਿਨ ਚੈਲੰਜ ਭਰੇ ਹੁੰਦੇ ਨੇ ਅੱਜ ਦਾ ਦਿਨ ਵੀ ਉਸੇ ਕਿਸਮ ਦਾ ਇੱਕ ਦਿਨ ਸੀਗਾ ਸਵੇਰੇ 5:30 ਚੱਲੇ ਰਾਤ ਦੇ ਸੁਗਤ 8 ਨੂੰ ਆਏ ਅਸੀਂ ਹਾਲੇ ਤੱਕ ਨਹੀਂ ਪੁੱਜੇ ਪਹਿਲੇ ਸੜਕ ਖਰਾਬ ਸੀਗੀ ਫਿਰ ਲੈਂਡਸਲਾਈਡ ਹੋ ਗਈ ਉਹਦੇ ਬਾਅਦ ਫਿਰ ਸੜਕ ਖਰਾਬ ਸੀਗੀ ਫਿਰ ਬਾਰਿਸ਼ ਆ ਗਈ ਹੁਣ ਲਾਸਟ 'ਚ ਬੱਚੀ ਵਿੱਚ ਚੀਜ਼ ਸੀ ਕਿ ਸੜਕ ਬਲੋਕ ਹੋ ਗਈ ਸੜਕ ਬਲੋਕ ਤੋਂ ਮੇਰਾ ਮਤਲਬ ਹੈਗਾ ਕਿ ਸਾਡੇ ਅੱਗੇ ਇੱਕ ਟਰੱਕ ਸੀਗਾ ਜਿਹਦੀ ਸ਼ਾਫਟ ਟੁੱਟ ਗਈ ਅਤੇ ਉਹ ਅੱਗੇ ਨਹੀਂ ਹੋ ਸਕਦਾ ਸੀ ਪਿੱਛੇ ਨਹੀਂ ਹੋ ਸਕਦਾ ਸੀ ਤਾਂ ਸਟੱਕ ਹੋ ਗਿਆ 1 ਘੰਟਾ ਹੋਰ ਖਰਾਬ ਕਰਨ ਤੋਂ ਬਾਅਦ ਹੁਣ ਫਾਈਨਲੀ ਉਹ ਟਰੱਕ ਹਟਿਆ ਅਤੇ ਹੁਣ ਅਸੀਂ ਅੱਗੇ ਜਾਣ ਵਾਸਤੇ ਨਿਕਲੇ ਹੈਗੇ ਹਾਂ ਹੁਣ ਪਤਾ ਨਹੀਂ ਕਿੰਨਾ ਟਾਈਮ ਲੱਗੇਗਾ ਪਹੁੰਚਣ 'ਚ ਜਿੰਨਾ ਵੀ ਲੱਗੇਗਾ ਗੁਰੂ ਆਪਣੇ ਆਪ ਪਹੁੰਚਾਏਗਾ ਮੇਰਾ ਪੂਰਨ ਵਿਸ਼ਵਾਸ ਹੈ ਅਤੇ ਜਿਸ ਵਕਤ ਪਹੁੰਚਾਂਗੇ ਤੁਹਾਨੂੰ ਅਪਡੇਟ ਕਰਾਂਗੇ ਰਾਤ ਦੇ 9:30 ਵੱਜ ਗਏ ਅਤੇ 16 ਘੰਟੇ ਦਾ ਸਫ਼ਰ ਤੈਅ ਕਰਨ ਤੋਂ ਉਪਰੰਤ ਹੁਣ ਅਸੀਂ ਪਹੁੰਚ ਚੁੱਕੇ ਹਾਂ ਮਚੂਕਾ ਬੜਾ ਲੰਬਾ ਦਿਨ ਸੀਗਾ ਕਦੀ ਕਦੀ ਦਿਨ ਇਸ ਤਰ੍ਹਾਂ ਦੇ ਆਉਂਦੇ ਨੇ ਥਕਾਵਟ ਅੱਛੀ ਖਾਸੀ ਹੋ ਰੱਖੀ ਹੈਗੀ ਅਤੇ ਪਰ ਜੋ ਵੀ ਪਰੇਸ਼ਾਨੀਆਂ ਸੀਗੀਆਂ ਜੋ ਵੀ ਰਸਤੇ ਦੇ ਅੰਦਰ ਚੈਲੇਂਜਸ ਸੀਗੇ ਉਹ ਸਾਰੇ ਮੇਰੇ ਗੁਰੂ ਨੇ ਆਪਣੀ ਬਾਂਹ ਫੜਾ ਕੇ ਸਾਨੂੰ ਉੱਥੇ ਤੱਕ ਪਹੁੰਚਾਇਆ ਹਮੇਸ਼ਾ ਇਸ ਤਰ੍ਹਾਂ ਹੀ ਹੁੰਦਾ ਜਦ ਵੀ ਕੋਈ ਪ੍ਰੋਬਲਮਸ ਆਉਂਦੀਆਂ ਨੇ ਅੰਤ ਵਿੱਚ ਸੋਲਵ ਹੋ ਜਾਂਦੀਆਂ ਨੇ ਅਤੇ ਜਦ ਤੁਹਾਡੇ ਨਾਲ ਗੁਰੂ ਅੰਗ ਸੰਗ ਸਾਈ ਹੋਵੇ ਤਾਂ ਤੁਹਾਨੂੰ ਕਿਸੇ ਵੀ ਚੀਜ਼ ਵਾਸਤੇ ਡਰਨ ਦੀ ਕੋਈ ਲੋੜ ਨਹੀਂ ਹੁੰਦੀ ਇਹ ਮੇਰਾ ਜ਼ਾਤੀ ਐਕਸਪੀਰੀਅੰਸ ਹੈਗਾ ਹੁਣ ਅਸੀਂ ਪਹੁੰਚ ਚੁੱਕੇ ਹਾਂ ਇੱਥੇ ਗੁਰਦੁਆਰਾ ਸਾਹਿਬ ਇੱਥੋਂ ਤਕਰੀਬਨ 9 ਕਿਲੋਮੀਟਰ ਦੂਰ ਹੈਗਾ ਉੱਥੇ ਮੇਰੇ ਖਿਆਲ ਕੋਈ ਰਹਿਣ ਦਾ ਸਥਾਨ ਨਹੀਂ ਹੈਗਾ ਇਸ ਕਰਕੇ ਇੱਥੇ ਹੋਮ ਸਟੇਅ 'ਤੇ ਅਸੀਂ ਰੁਕੇ ਹੋਏ ਰਾਤ ਕੱਲ੍ਹ ਸਵੇਰੇ ਜਾਵਾਂਗੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਾਂਗੇ ਤੁਹਾਨੂੰ ਵੀ ਕਰਾਵਾਂਗੇ ਉਹਦਾ ਇਤਿਹਾਸ ਸਾਰਾ ਦੱਸਾਂਗੇ ਇੱਕ ਮੋਨੇਸਟਰੀ ਵੀ ਹੈਗੀ ਇੱਥੇ ਉਪਰੰਤ ਉੱਥੇ ਵੀ ਜਾਵਾਂਗੇ ਜੇ ਟਾਈਮ ਹੋਇਆ ਤਾਂ ਉੱਥੇ ਵੀ ਵਿਜ਼ਿਟ ਕਰਾਂਗੇ ਕੱਲ੍ਹ ਸਵੇਰੇ ਮਿਲਦੇ ਹਾਂ ਤੁਹਾਨੂੰ ਤਦ ਤੱਕ ਤੁਸੀਂ ਵੇਖਦੇ ਰਹੋ ਦ ਟਰਬਨ ਟਰੈਵਲਰ ਐਂਡ ਸਪਿਰਚੁਅਲ ਜਰਨੀ ਔਨ PTC ਨੈਟਵਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
छड़ी ना कदे मेरी बां बाबा नानका बख्श देवी मेरे बख्श देवी मेरे बख्श देवी मेरे तू गुना बाबा नानका छड़ी ना कदे मेरी बां बाबा नानका।